टैक्स भर देन पी आर टी सी वालों राजा बड़िंग जी सरकार वालों ते वो बसा चल रही चिंता ना करो बस तो मैं चलाऊ ही चलाऊ राजा बड़िंग बस दे विच बह के जाऊ फेसबुक का चाह है उन्होंने ऐदा थोड़ी होंगे मान साहब केड़ा फेसबुक घट लवर ने कई होर भी लवर ने सिर्फ ज्यादा ड्रामा करते ने अरविंद केजरीवाल साहब साडे सरकारी उप चीफ मिनिस्टर मुके भेज रहे हैं ये मैनू तां मिल गए नहीं मैं पुलिस कर्मचारियों नूं भेज रहे हैं फाइव स्टार होटल बनाउण वास्ते हां जी अमलतास बेचता लुधियाने वाला करकट हाउस सारा खुला है गुरु नानक देव यूनिवर्सिटी दे सारे कमरे खुले ने ये गल कहनी जाके तुसीं चेक कर रहे हो कोई बुक है कि नहीं है 17-18 किलोमीटर एरिया यूज होंदा है पंजाब दा 250 किलोमीटर कर देने जो अमृतसरों चलते हैं वह रस्ते खड़ते जाते हैं जबकि जिहड़ा टूरिस्ट बसों का जो टैक्स है वो मुताबक ये है रूल मुताबक पंजाब दे विच हुण स्कूल जाण दे वास्ते किसी नूं भी वर्दी लैण दी फिकर नहीं है जबकि इस तों पहला मुफ्त वर्दी दी स्कीम सरकारी स्कूलों विच पढ़दियां पहली तों अठवीं जमात तक दियां सारियां लड़कियां एसी वर्ग दे लड़के लड़कियां अते गरीबी रेखा तों हेठां रहिंदे परिवारां दे बच्चियां लई हुंदी सी लेकिन हुण स्कूल सिक्ख्या विभाग दे वल्लों सारे ही बच्चियां नूं मुफ्त वर्दी दी सहूलत दित्ती जा रही है सरकारी स्कूलों दे विद्यार्थियों नूं स्कूली वर्दियां पहला स्कूल दी वर्दी एसी बच्चियां नूं मिलदी सी लेकिन मैं ये सोचिया है साडी सरकार ने सोचिया है कि जेड़ा सरकारी स्कूल दे विच पढ़दा उह सारिआं नूं ही देनी चाहीदी उह सारे गरीब बच्चे पढ़दे इस करके असीं फैसला कर लिया कि जिन्ने सरकारी स्कूल दे विच पढ़दे है सारे बच्चिआं नूं ही सारिआं फैसिलिटियां मिलणगीआं जिहड़ियां पंजाब सरकार दिंदी है ते वर्दियां भी सारे बच्चिआं नूं मिलणगीआं आ नोटिफिकेशन है तुहाडे पास ये अगे तों वर्दी सारिआं नूं मिले करेगी ਹੁਣ ਕੋਈ ਵੀ ਬੱਚਾ ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਹੋਵੇ ਉਸ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਮੁਫਤ ਵਰਦੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਪੜ੍ਹੇਗਾ ਪੰਜਾਬ ਤਾਂ ਹੀ ਤਾਂ ਵਧੇਗਾ ਪੰਜਾਬ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਨਵੇਂ ਮੁਕਾਮਾਂ ਤੇ ਲੈ ਕੇ ਜਾ ਰਹੀ ਪੰਜਾਬ ਸਰਕਾਰ ਕਰ ਕਰ ਚੱਲੀ ਗੱਲ ਪੰਜਾਬ ਸਰਕਾਰ ਕਰਦੀ ਮਸਲੇ ਹੱਲ ਕਿ ਉਹ ਇੱਕੋ ਥਾਂ ਤੋਂ ਸਵਾਰੀਆਂ ਬਿਠਾਉਣਗੇ ਉਹੀ ਸਵਾਰੀਆਂ ਲੈ ਕੇ ਜਾਣਗੇ ਉਹੀ ਵਾਪਸ ਲੈ ਕੇ ਆਉਣਗੇ ਜਦਕਿ ਉਹਨਾਂ ਨੇ ਇੱਥੋਂ ਅੰਮ੍ਰਿਤਸਰ ਤੋਂ ਚੱਲ ਕੇ ਜੰਡਿਆਲੇ ਖੜ੍ਹਦੇ ਆ ਫਿਰ ਬਿਆਸ ਖੜ੍ਹਦੇ ਆ ਫਿਰ ਜਲੰਧਰ ਖੜ੍ਹਦੇ ਆ ਫਿਰ ਰਾਜਪੁਰੇ ਖੜ੍ਹਦੇ ਆ ਸੋ 250 ਕਿਲੋਮੀਟਰ ਦਾ ਇੱਥੋਂ ਵਾਲਾ ਟੈਕਸ ਪਹਿਲਾਂ ਬੰਦ ਕਰ ਦਿਓ ਜਿਹੜਾ ਦਿੱਲੀ ਦੇ ਸੁਪਰੀਮ ਕੋਰਟ ਦਾ ਰੂਲ ਹੈ ਉਹਦੇ ਮੁਤਾਬਕ ਕੋਈ ਵੀ ਬੱਸ ਆਊਗੀ ਕਿਸੇ ਹੋਰ ਸਟੇਟ ਤੋਂ ਦਿੱਲੀ 'ਚੋਂ ਆਈ ਐੱਸ ਬੀ ਟੀ ਜਾਊਗੀ ਬੱਸ ਸਟੈਂਡ ਦੂਜੀਆਂ ਬੱਸਾਂ ਦਾ ਟੈਕਸ ਹੋਰ ਹੈ ਟੈਕਸ ਭਰ ਦੇਣ ਪੀ ਆਰ ਟੀ ਸੀ ਵੱਲੋਂ ਰਾਜਾ ਬੜਿੰਗ ਜੀ ਸਰਕਾਰ ਵੱਲੋਂ ਕੇਜਰੀਵਾਲ ਐਡੇ ਵੱਡੇ ਹੋਟਲ 'ਚ ਠਹਿਰੇ ਤੇ ਅਸੀਂ ਕੀ ਕਰੀਏ ਜਿਹੜਾ ਸਰਕਟ ਹਾਊਸ ਆ ਉਹ ਤਾਂ ਓਪੀ ਸੋਨੀ ਨੂੰ ਵੇਚਤਾ ਫਾਈਵ ਸਟਾਰ ਹੋਟਲ ਬਣਾਉਣ ਵਾਸਤੇ ਹੈਂਜੀ ਅਮਲਤਾਸ ਵੇਚਤਾ ਲੁਧਿਆਣੇ ਵਾਲਾ ਨੀਲੋਂ ਵਾਲਾ ਰੈਸਟ ਹਾਊਸ ਵੇਚਤਾ ਸਾਰੀਆਂ ਤਰ ਜਿਹੜੀਆਂ ਰਹਿਣ ਵਾਲੀਆਂ ਜਗ੍ਹਾ ਨੇ ਉਹ ਵੇਚਤੀਆਂ ਮੈਂ ਇੱਥੇ ਜ਼ਿਆਦਾ ਨਹੀਂ ਉਹ ਕਰਨਾ ਚਾਹੁੰਦਾ ਉਹ ਸਿਰਫ ਜ਼ਿਆਦਾ ਡਰਾਮਾ ਕਰਦੇ ਨੇ ਜਾਂ ਫਿਰ ਉਹ ਆਪਣੇ ਆਪ ਨੂੰ ਮੈਨੂੰ ਹਜੇ ਤੱਕ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਔਰ ਮੈਂ ਤੁਹਾਡੇ ਸਾਹਮਣੇ ਮਿਲਣਾ ਚਾਹੁੰਦਾ ਤੁਸੀਂ ਦੱਸੋ ਮੈਂ ਇਕੱਲਾ ਮਿਲ ਆਵਾਂਗੇ ਤੁਹਾਡੇ ਨਾਲ ਮਿਲਾਂ ਮਾਨ ਸਾਹਿਬ ਕਿਹੜਾ ਫੇਸਬੁੱਕ ਘੱਟ ਲਵਰ ਨੇ ਉਹ ਤਾਂ ਕਈ ਹੋਰ ਵੀ ਲਵਰ ਨੇ ਆਲੀਸ਼ਾਨ ਹੋਟਲਾਂ ਦੀ ਤੁਸੀਂ ਗੱਲ ਕਰ ਰਹੇ ਸਾਡਾ ਭਰਾ ਹੈ ਭਗਵੰਤ ਸਿੰਘ ਮਾਨ ਪਰ ਫੇਸਬੁੱਕ ਲਵਰ ਸਰਦਾਰ ਭਗਵੰਤ ਸਿੰਘ ਮਾਨ ਵੀ ਨੇ ਉਹ ਕਹਿ ਰਹੇ ਨੇ ਕਿ ਆਲੀਸ਼ਾਨ ਹੋਟਲ 'ਚ ਰਹਿ ਰਹੇ ਹੋ ਪਰ ਸਰਕਾਰੀ ਹਸਪਤਾਲ ਦੇ ਸਾਰੇ ਗੈਸਟ ਹਾਊਸ ਜਿਹੜੇ ਸੀ ਉਹ ਪੰਜਾਬ ਸਰਕਾਰ ਨੇ ਵੇਚ ਦਿੱਤੇ ਆ ਇੱਕ ਮਿੰਟ ਸਰਕਟ ਹਾਊਸ ਸਾਰਾ ਖੁੱਲਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਰੇ ਕਮਰੇ ਖੁੱਲੇ ਨੇ ਇਹ ਗੱਲ ਕਹਿਣੀ ਜਾ ਕੇ ਤੁਸੀਂ ਚੈੱਕ ਕਰ ਰਿਹਾ ਹੋ ਕੋਈ ਬੁੱਕ ਹੈ ਕਿ ਨਹੀਂ ਹੈ ਬੁਕਿੰਗ ਕਿਸੇ ਨੇ ਕਰਾਈ ਗਈ ਮੰਗਿਆ ਹੀ ਨਹੀਂ ਗਿਆ ਇਹ ਅਨਦਰ ਬਹਾਨਾ ਹੈ ਹੁਣ ਫਸ ਗਏ ਰਾਤ ਨੂੰ ਚੁੱਪ ਚਪੀਤੇ ਸਵੀਟ ਕਮਰਾ ਫਿਰ ਇੱਥੇ ਨੋਰਮਲ ਕਮਰੇ 'ਚ ਰੁਕ ਲਓ 7,000 ਵਾਲੇ 'ਚ 25,000 ਵਾਲੇ 'ਚ ਰੁਕਣਾ ਤੇ ਕੌਣ ਦੇਊਗਾ ਬਿੱਲ ਜਾਂ ਤਾਂ ਕੋਈ ਕਾਰਿਆਕਰਤਾ ਦੇਊਗਾ ਜਾਂ ਦਿੱਲੀ ਸਰਕਾਰ ਦੇਊਗੀ ਸਵੀਟ ਕਮਰਾ ਹੈ ਪੁੱਛ ਲਓ ਜਿਹੜੇ ਨੰਬਰ 'ਚ ਰੁਕੇ ਹੈ ਉਹ ਸਵੀਟ ਕਮਰਾ ਹੈ ਜਿਹੜਾ ਕਿ ਕੇਜਰੀਵਾਲ ਸਾਹਿਬ ਕੱਲਿਆਂ ਨੇ ਸੋਣਾ ਹੈ
ਇੰਨਾ ਸਵੀਟ ਐਡਾ ਚੌੜਾ ਖੁੱਲਾ ਮਿਲਣਾ ਹੀ ਨਹੀਂ ਜਦੋਂ ਕਿਸ ਨੂੰ ਕਹਿੰਦੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਨਾਲ ਗੱਲ ਕਰਨਾ ਰਾਜਾ ਜੀ ਦਿੱਲੀ ਟਰਾਂਸਪੋਰਟ ਮੰਤਰੀ ਨਾਲ ਗੱਲ ਕਰਨਾ ਸੀਐਮ ਨਾਲ ਗੱਲ ਕਰਨਾ ਨਾ ਨਾ ਮੈਨੂੰ ਉਹਨਾਂ ਨੇ ਚਾਹ ਨਹੀਂ ਦਿਆ ਤੇ ਮੈਂ ਸੈਂਟਾ ਭੇਜ ਰਿਹਾ ਬਿਕੋਜ਼ ਇਟਸ ਅ ਕ੍ਰਿਸਮਸ ਮੇਰੇ ਪੰਜਾਬ ਚ ਆਏ ਨੇ ਔਰ ਪੰਜਾਬੀਆਂ ਨੂੰ ਦਿਖਾਓਗੇ ਤੋ ਸਨਮਾਨ ਕਰਕੇ ਦਿਖਾ ਦਿਓ ਸੈਂਟਾ ਹਾਂ ਇੱਕ ਉੱਪਰ ਕਰ ਪੰਜਾਬੀਆਂ ਨੂੰ ਸਤਿਕਾਰ ਕਰਨਾ ਆਉਂਦਾ ਹੈ ਬਾਹਰੋਂ ਕੋਈ ਚੱਲ ਕੇ ਆ ਜੇ ਸਾਡੇ ਬਜ਼ੁਰਗਾਂ ਨੇ ਸਿਖਾਇਆ ਹੈ ਕਿ ਉਹਦਾ ਸਤਿਕਾਰ ਕਰਨਾ ਇੱਕ ਤਾਂ ਇਹ ਉਹਨਾਂ ਵਾਸਤੇ ਮੈਂ ਭੇਜ ਰਿਹਾ ਤੁਹਾਨੂੰ ਇਹ ਨਾ ਕਹਿਣ ਕਿ ਵੜਿੰਗ ਨੇ ਕੋਈ ਬਦਤਮੀਜ਼ੀ ਕੀਤੀ ਮੈਂ ਕੋਈ ਬਦਤਮੀਜ਼ੀ ਕੋਈ ਉਹਨਾਂ ਦੀ ਸ਼ਾਨ ਦੇ ਖਿਲਾਫ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਸਤਿਕਾਰਯੋਗ ਚੀਫ ਮਿਨਿਸਟਰ ਬੁੱਕੇ ਭੇਜ ਰਿਹਾ ਇਹ ਮੈਨੂੰ ਤਾਂ ਮਿਲ ਗਏ ਨੀ ਮੈਂ ਪੁਲਿਸ ਕਰਮਚਾਰੀਆਂ ਨੂੰ ਭੇਜ ਰਿਹਾ ਇਹ ਫੜੋ ਮੈਨੂੰ ਯਾਰ ਹੁਣ ਜੇ ਟਰਾਂਸ ਮੈਂ ਮਿਲ ਕੇ ਉਹਨਾਂ ਨੂੰ ਜੇ ਮੈਨੂੰ ਕਹਿਣਗੇ ਮੈਂ ਦੇ ਦਿਆਂਗਾ ਲੇਕਿਨ ਟਰਾਂਸਪੋਰਟ ਨਾ 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 ਟਰਾਂਸਪੋਰਟ ਮੁੱਦੇ ਤੇ ਜਨਤਾ ਦੇ ਸਾਹਮਣੇ ਗੱਲ ਕਰੂੰਗਾ ਵੈਸੇ ਬੁੱਕੇ ਦੇਣਗੇ ਸਤਿਕਾਰ ਕਰਨਾ ਉਹ ਕੱਲਾ ਕਰ ਆਉਂਗਾ ਲੇਕਿਨ ਟਰਾਂਸਪੋਰਟ ਮੁੱਦੇ ਤੇ ਜਨਤਾ ਦੇ ਸਾਹਮਣੇ ਉਹ ਕਹਿੰਦੇ ਟਰਾਂਸਪੋਰਟ ਮੰਤਰੀ ਨਾਲ ਗੱਲ ਕਰੋ ਸਾਡੇ ਚਿੰਤਾ ਨਾ ਕਰੋ ਬੱਸ ਤਾਂ ਮੈਂ ਚਲਾਉ ਹੀ ਚਲਾਉ ਰਾਜਾ ਵੜਿੰਗ ਬੱਸ ਦੇ ਵਿੱਚ ਬਹਿ ਕੇ ਜਾਊ ਦੇਣ ਯਾਰ ਦੇਖ ਮੇਰੀ ਗੱਲ ਸੁਣ ਮੈਂ ਥੋੜਿਆਂ ਦੇ ਵਿੱਚ ਪ੍ਰਧਾਨ ਉੱਥੇ ਜਿਹੜਾ ਵਿਚਾਰਾ ਜ਼ਖਮੀ ਆ ਉਹਨੂੰ ਮੈਂ ਰੋਜ਼ ਜਾ ਕੇ ਕੀ ਛੇੜਨਾ ਸੋ ਕਹਿ ਮੁੱਦੇ ਦੀ ਗੱਲ ਕਰੋ ਕਿਹੜੀਆਂ ਬੱਸਾਂ ਦਾ ਤੁਸੀਂ ਕੇਜਰੀਵਾਲ ਸਾਹਿਬ ਨੂੰ ਮਿਲਦੇ ਪਏ ਹੋ ਨਾ ਉਹ ਤੁਹਾਨੂੰ ਮਿਲਦੇ ਪਏ ਹਾਂ ਦੋਨੋਂ ਪਾਸੇ ਓ ਜਨਾਬ ਮੈਂ ਤਾਂ ਮੇਰੀ ਬੱਸ ਮੈਂ ਉਹਨਾਂ ਨੂੰ ਮਿਲਣ ਜਾ ਰਿਹਾ ਪਰ ਮਿਲਦੇ ਨਹੀਂ ਪਏ ਫਿਰ ਹਾਲ ਕੀ ਹੈ ਉਹ ਕਹਿੰਦੇ ਮੈਂ ਜਨਤਾ ਨੂੰ ਪ੍ਰੈਸ ਅੱਗੇ ਦੱਸਣਾ ਚਾਹਣਾ ਤੁਸੀਂ ਇਹ ਸਿੱਧ ਕਰੋਗੇ ਗਲਤ ਕੌਣ ਹੈ ਸਹੀ ਕੌਣ ਉਹ ਕਹਿੰਦੇ ਆ ਉਹਨਾਂ ਨੇ ਆਏ ਸੀ ਥੱਲੇ ਉਹਨਾਂ ਦਾ ਪੀਐਸਓ ਆਇਆ ਸੀ ਉਹ ਕਹਿੰਦਾ ਵੀ ਰਾਜਾ ਵੜਿੰਗ ਬਿਨਾਂ ਕੈਮਰੇ ਤੋਂ ਆ ਜਾਏ ਪਬਲਿਕ ਚ ਗੱਲ ਹੋਈ ਜਾਣ ਨਹੀਂ ਦੇ ਰਿਹਾ ਕੌਣ ਕੇਜਰੀਵਾਲ ਸਾਹਿਬ ਜਾਣਗੇ ਉੱਥੇ ਗਿੱਲ ਫਾਰਮ ਤੁਸੀਂ ਪੁੱਛ ਲਓ ਵੀ ਭਾਈ ਕੈਮਰੇ ਤੋਂ ਡਰਨਾ ਕੇਜਰੀਵਾਲ ਸਾਹਿਬ ਤਾਂ ਪੰਜਾਬੀ ਵੀ ਬੋਲਣ ਲੱਗ ਪਏ ਹੁਣ ਕੈਮਰੇ ਤੋਂ ਕਿਉਂ ਡਰਦੇ ਆ ਉਹਨਾਂ ਨੇ ਆਪ ਕਿਹਾ ਉਹਨਾਂ ਨੇ ਕਿਹਾ ਨੀ ਮਿਸਟਰ ਸਿੱਧੂ ਨੂੰ ਕਿ ਆਈ ਚੈਲੰਜ ਮਿਸਟਰ ਸਿੱਧੂ ਐਂਡ ਆਮ ਨੋਟ ਬਿਕੋਜ਼ ਮੈਂ ਛੋਟਾ ਹੈ ਆਈ ਡੋਂਟ ਚੈਲੰਜ ਮਿਸਟਰ ਕੇਜਰੀਵਾਲ ਮੇਰੇ ਸਤਿਕਾਰਯੋਗ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਦਿੱਲੀ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕੈਮਰੇ ਦੇ ਸਾਹਮਣੇ ਆ ਕੇ ਬੱਸ ਦੇ ਮੁੱਦੇ ਤੇ ਦੋਵੇਂ ਟਰਾਂਸਪੋਰਟ ਮਿਨਿਸਟਰ ਮੈਂ ਤੇ ਤੁਸੀਂ ਚਰਚਾ ਕਰਾਂਗੇ ਪਰ ਇੱਕ ਮਿੰਟ ਜਿਹੜਾ ਤੁਹਾਡੇ ਡਿਪਟੀ ਚੀਫ ਮਿਨਿਸਟਰ ਨੇ ਕਿਹਾ ਕੱਲ ਦੀ ਤਰੀਕ ਕਿ ਅਸੀਂ ਬੱਸਾਂ 70 ਬੰਦ ਕੀਤੀਆਂ ਬਾਦਲ ਦੀਆਂ ਕਾਈਂਡਲੀ ਬ੍ਰਿੰਗ ਦੋਸ ਡਾਕੂਮੈਂਟਸ ਤਾਂ ਜੋ ਲੋਕਾਂ ਨੂੰ ਸੱਚ ਪਤਾ ਲੱਗੇ ਵੀ ਬੱਸ ਬੰਦ ਨਹੀਂ ਕੀਤੀ ਹੈ ਕਿ ਸਾਰਾ ਹੀ ਝੂਠ ਬੋਲਦਾ ਹੈ ਬ੍ਰਿੰਗ ਸਾਹਿਬ ਤੁਸੀਂ ਕਹਿ ਰਹੇ ਮੀਡੀਆ ਸਾਹਮਣੇ ਇਹਨਾਂ ਨੇ ਤੇ ਆਪਣੇ ਫੰਕਸ਼ਨ ਸਿਲੈਕਟਡ ਮੀਡੀਆ ਸੱਦਿਆ ਉੱਥੇ ਇਕੱਲੇ ਇੱਥੇ ਉੱਥੇ ਕਿਸ ਸਾਰਿਆਂ ਨੂੰ ਉਹ ਭਾਜੀ ਸਿਲੈਕਟਡ ਮੀਡੀਆ ਮੈਨੂੰ ਕੀ ਚੈਨਲ ਹੋਏਗਾ ਬਸ ਉੱਥੇ ਬੀਬੀਸੀ ਨਹੀਂ ਡੇਲੀ ਪੋਸਟ ਏਐਨਆਈ ਕਹਿੰਦੇ ਇੱਕੋ ਚੈਨਲ ਆਏਗਾ ਬਸ ਮੋਟਾ ਮੋਟਾ ਸਮਾਨ ਲਿਆ ਕੇ ਰੱਖਦੇ ਨੇ ਆਪਦੇ ਬੰਦੇ ਨੂੰ ਉਹੀ ਬਾਈਟ ਦੇਣਗੇ ਜਿਹੜੀ ਮਨਪਸੰਦ ਹੈ ਤਾਂ ਜੋ ਉਹੀ ਚੱਲੇ ਜਿਹਦੇ 'ਚ ਦਮ ਹੈ ਜਿਹਦੇ 'ਚ ਦਮ ਹੈ ਅਤੇ ਗੱਲ ਸੱਚੀ ਹੈ ਅਤੇ ਦਿਲ 'ਚ ਕੋਈ ਚੋਰੀ ਨਹੀਂ ਉਹਨੂੰ ਬਿਆਨ 8 ਵਾਰੀ ਵੀ ਪੁੱਛੋਗੇ ਉਹ 8 ਵਾਰੀ ਇੱਕ ਹੀ ਬਿਆਨ ਦੇਣਗੇ ਅਤੇ ਨਹੀਂ ਉਹ ਬਦਲਿਆ ਜਾਏਗਾ ਤਾਂ ਡਰ ਲੱਗਦਾ ਮੇਰੇ ਤੋਂ ਜਿਹੜਾ ਮਰਜ਼ੀ ਛੋਟਾ ਚੈਨਲ ਕੰਮ ਕੋਈ ਛੋਟਾ ਵੱਡਾ ਨਹੀਂ ਚਾਹੇ ਛੋਟਾ ਚਾਹੇ ਵੱਡਾ ਬੰਦੇ ਦਾ ਸਨਮਾਨ ਹੈ ਯਾਰ ਪਰ ਡਿਬੇਟ ਤੁਸੀਂ ਕਰਨਾ ਚਾਹੋਗੇ ਓਪਨ ਚੈਲੰਜ ਯਾਰ ਮੈਂ ਓਪਨ ਚੈਲੰਜ ਕਹਤਾ ਨਹੀਂ ਕਹਿ ਰਿਹਾ ਮੈਂ ਡਿਬੇਟ ਕਰਨੀ ਚਾਹੂੰਗਾ ਮੁੱਖ ਮੰਤਰੀ ਡਿਬੇਟ ਕਰਨ ਹੁਣ ਬੱਸ 'ਚ ਬੈਠ ਕੇ ਜਾਓਗੇ ਫਿਰ ਕਿਹੜੀ ਬੱਸ 'ਚ ਬੈਠ ਕੇ ਜਾਵਾਂ ਯਾਰ ਤੂੰ ਚਾਹੁੰਦਾ ਹੁਣ ਮੈਂ ਕ੍ਰਿਸਮਸ ਵਾਲੇ ਦਿਨ ਵੀ ਬੱਸਾਂ 'ਚ ਬੈਠਾ ਰਹਾਂ ਰਾਤ 12 ਵਜੇ ਵੀ ਜਾਊਂਗਾ
चेहरा नंगा करूंगा जनता के सामने मेरी बस चल के मान साहब नू सद्या आना है उन्होंने क्या होना है पतंत्र राज नू संभाल नवजोत सिंह सिद्धू जानन ते भगवंत मान जानन आई एम रेडी फॉर एवरीबॉडी जिन्हें भी करनी होवे पर पहला छुटकारा तलाक केस बुरे सपने विदेश यात्रा बुरी संगत जा नशा छुड़ाना बीमारी च दवा ना लगना वशीकरण एक सच्चाई है वशीकरण करवाओ मन चाह प्यार पाओ की किस्मत लॉटरी का योग है जा नहीं सच्चाई जानो लॉटरी नंबर पाओ भावे 649 हो लोटो मैक्स 11 घंटे करवाओ हर परेशानी का हल घर बैठे अष्टाम पेपर ते लिख के लवो काम दी गारंटी जा कहने तो बाहर है तुरंत संपर्क करो तुहाडी हर गल गुप्त रखी जावेगी अलीशा बेगम वर्ल्ड फेमस बाबा सलीम खान 21 बार गोल्ड मेडलिस्ट सारियां थामा तो निराश अते मायूस होने वाले एक बार फोन जरूर करो जिवे चाहोगे ओवे होएगा इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल वशीकरण अते मुठकरनी लव मैरिज सौतन अते दुश्मन तो छुटकारा पक्का काम पक्का हल 101% गारंटी अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनबन जा दुटोना मनमोहनी वशीकरण करवाओ जा तुड़वाओ रुसे नु मनाओ हुणे कॉल करो बाबा सलीम खान 98199 37467।